ਤੁਸੀਂ ਬੀਜੇਪੀ 'ਚ ਅੱਜ ਆਏ ਹੋ ਸ਼ਾਮਿਲ ਹੋਏ ਹੋ ਔਰ ਕਿਤੇ ਨਹੀਂ ਮੈਂ 2009 'ਚ ਮੋਦੀ ਸਾਹਿਬ ਨੇ ਮੈਨੂੰ ਪਵਾਇਆ ਸੀ ਬਟ ਉਸ ਵੇਲੇ ਮੈਂ ਟ੍ਰਬਲ ਸੀ ਮੈਂ ਉਹਨਾਂ ਦੇ ਕੋਲ ਹੈਲਪ ਲਈ ਗਈ ਸੀ ਤਾਂ ਜੁਆਇਨ ਕੀਤੀ ਸੀ ਅੱਜ ਮੈਨੂੰ ਲੱਗ ਰਿਹਾ ਮੇਰਾ ਪੰਜਾਬ ਟ੍ਰਬਲ 'ਚ ਹੈ ਅਤੇ ਮੈਂ ਅੱਜ ਪੰਜਾਬ ਲਈ ਆਈ ਹਾਂ ਮੈਮ ਇਸ ਵੇਲੇ ਲੱਗਦਾ ਵਾ ਕਿ ਇਹ ਜਿਹੜਾ ਮਾਹੌਲ ਪੰਜਾਬ ਦਾ ਜਿਸ ਵੇਲੇ ਬੀਜੇਪੀ ਨੂੰ ਲੋਕ ਨਕਾਰਦੇ ਪਏ ਆ ਜਿਹੜੇ ਕਿਸਾਨ ਹੈਗੇ ਆ ਜਿਹੜੇ ਉਹ ਵਿਰੋਧ ਕਰਦੇ ਪਏ ਨੇ ਉਸ ਵਿੱਚ ਤੁਸੀਂ ਇਹਨਾਂ ਮਾਹੌਲ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਪਾਉਂਗੇ ਮੈਂ ਸੁਣਾਂਗੀ ਕਿਸਾਨਾਂ ਨੂੰ ਮੈਂ ਹੁਣ ਆਪਣੀ ਰਿਹਾਇਸ਼ ਬਦਲਤੀ ਬੰਬੇ ਤੋਂ ਮੈਂ ਗੁੜਗਾਉਂ ਕਰ ਲਿਆ ਤਾਂ ਕਿ ਮੈਂ ਜ਼ਿਆਦਾ ਇੱਥੇ ਆ ਸਕਦੀ ਜਾ ਸਕਦੀ ਹਾਂ ਮੈਂ ਆਪ ਨਾ ਇੱਥੇ ਘੁੰਮਣ ਵਾਲੀ ਹਾਂ ਪਿੰਡਾਂ 'ਚ ਲੋਕਾਂ ਨੂੰ ਮਿਲਣ ਵਾਲੀ ਹਾਂ ਮੈਂ ਫਾਰਮਰਸ ਲਈ ਸਮਾਲ ਇੰਡਸਟਰੀਜ਼ ਲਾਉਣ ਦਾ ਸੈਮੀਨਾਰਸ ਕਰਾਂਗੀ ਉਹਨਾਂ ਨੂੰ ਬੈਂਕ ਸਪੋਰਟ ਉਹਨਾਂ ਨੂੰ ਲੈ ਕੇ CA ਚਾਰਟਰਡ ਅਕਾਊਂਟੈਂਟਸ ਲਾ ਕੇ ਮੈਂ ਕਿਸਾਨਾਂ ਨੂੰ ਨਾ ਫੂਡ ਪ੍ਰੋਸੈਸਿੰਗ ਦੇ ਡਾਇਰੈਕਟਲੀ ਟਾਈਡ ਵਿਦ ਟਾਟਾ ਡਾਇਰੈਕਟਲੀ ਟਾਈਡ ਵਿਦ ਐਸ ਪਾਰਟਨਰਸ ਵਿਦ ਰਾਮਦੇਵ ਟਾਟਾ ਉਹ ਸਭ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਮੈਂ ਕੋਈ ਮਤਲਬ ਮੈਨੂੰ ਕੋਈ ਮੈਂ ਨਹੀਂ ਕਹਿ ਸਕਦੀ ਕਿ ਸਾਰਿਆਂ ਨੇ ਮੈਨੂੰ ਸੁਣਨਾ ਹੈ ਬਟ ਮੈਂ ਕੋਸ਼ਿਸ਼ ਕਰਾਂਗੀ ਔਰ ਜੋ ਵੀ ਹੈ ਜੋ ਵੀ ਤੁਹਾਡੀ ਮੰਗਾਂ ਨੇ ਉਹ ਮੈਂ ਆਪ ਮੋਦੀ ਸਾਹਿਬ ਕੋਲ ਲੈ ਕੇ ਜਾਊਂਗੀ ਤੁਹਾਨੂੰ ਲੈ ਕੇ ਜਾਊਂਗੀ ਸਾਰੇ ਮੈਨੂੰ ਲੱਗਦਾ ਵੀ ਕਿਸਾਨਾਂ ਦਾ ਵਿਰੋਧ ਜਾਇਜ਼ ਹੈ ਮੈਨੂੰ ਲੱਗਦਾ ਕਿ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਲੱਗ ਰਿਹਾ ਸਿਆਸਤ ਹੈ ਔਰ ਸਿਆਸਤ ਮੈਂ ਕਿ ਕਿਸਾਨਾਂ ਨੂੰ ਯੂਜ਼ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿਸਾਨਾਂ ਨੂੰ ਯੂਜ਼ ਕੀਤਾ ਜਾ ਰਿਹਾ ਬਿਕੋਜ਼ ਮੇਰੇ ਮੈਂ ਜਾਣਦੀ ਹਾਂ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦੀ ਹਾਂ ਅਰੇ ਪੰਜਾਬ ਤੋਂ ਚੰਗੇ ਲੋਕ ਹੀ ਨਹੀਂ ਹੈ ਇਸ ਦੁਨੀਆ 'ਚ ਠੀਕ ਹੈ ਨਾ ਵਿਰੋਧੀ ਪਾਰਟੀ ਬਾਰੇ ਕੀ ਕਹਿਣਾ ਚਾਹੁੰਗੇ ਤੁਹਾਨੂੰ ਕੀ ਲੱਗਦਾ ਮੈਂ ਦੇਖੋ ਮੈਂ ਕਿਸੇ ਦੀ ਉਹ ਨਹੀਂ ਕਹੂੰਗੀ ਮੈਂ ਇਹ ਤੁਹਾਨੂੰ ਕਹੂੰਗੀ ਕਿ ਮੋਦੀ ਸਾਹਿਬ ਵਿੱਚ ਬੀਜੇਪੀ ਵਿੱਚ ਬਹੁਤ ਦਮ ਹੈ ਸਾਬਿਤ ਕਰ ਦਿੱਤਾ ਹੈ ਇੰਡੀਆ ਵਿੱਚ ਤੁਸੀਂ ਦੇਖੋਗੇ ਨਾ ਜਰਾ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਬੰਬੇ ਤੋਂ ਆ ਰਹੀ ਹਾਂ ਹੋਰ ਥਾਵਾਂ 'ਤੇ ਮੈਂ ਸਾਰੇ ਕਿ ਸਾਰੇ ਨਰਿੰਦਰ ਮੋਦੀ ਸਾਹਿਬ ਨੂੰ ਮਤਲਬ ਕਰ ਰਹੇ ਤੁਸੀਂ ਬੀਜੇਪੀ 'ਚ ਅੱਜ ਆਏ ਹੋ ਸ਼ਾਮਿਲ ਹੋਏ ਹੋ ਔਰ ਕਿਤੇ ਨਹੀਂ ਮੈਂ 2009 'ਚ ਮੋਦੀ ਸਾਹਿਬ ਨੇ ਮੈਨੂੰ ਪਵਾਇਆ ਸੀ ਬਟ ਉਸ ਵੇਲੇ ਮੈਂ ਟ੍ਰਬਲ ਸੀ ਮੈਂ ਉਹਨਾਂ ਦੇ ਕੋਲ ਹੈਲਪ ਲਈ ਗਈ ਸੀ ਤਾਂ ਜੁਆਇਨ ਕੀਤੀ ਸੀ ਅੱਜ ਮੈਨੂੰ ਲੱਗ ਰਿਹਾ ਮੇਰਾ ਪੰਜਾਬ ਟ੍ਰਬਲ 'ਚ ਹੈ ਅਤੇ ਮੈਂ ਅੱਜ ਪੰਜਾਬ ਲਈ ਆਈ ਹਾਂ ਮੈਮ ਇਸ ਵੇਲੇ ਲੱਗਦਾ ਵਾ ਕਿ ਇਹ ਜਿਹੜਾ ਮਾਹੌਲ ਪੰਜਾਬ ਦਾ ਜਿਸ ਵੇਲੇ ਬੀਜੇਪੀ ਨੂੰ ਲੋਕ ਨਕਾਰਦੇ ਪਏ ਆ ਜਿਹੜੇ ਕਿਸਾਨ ਹੈਗੇ ਆ ਜਿਹੜੇ ਉਹ ਵਿਰੋਧ ਕਰਦੇ ਪਏ ਨੇ ਉਸ ਵਿੱਚ ਤੁਸੀਂ ਇਹਨਾਂ ਮਾਹੌਲ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਪਾਉਂਗੇ ਮੈਂ ਸੁਣਾਂਗੀ ਕਿਸਾਨਾਂ ਨੂੰ ਮੈਂ ਹੁਣ ਆਪਣੀ ਰਿਹਾਇਸ਼ ਬਦਲਤੀ ਬੰਬੇ ਤੋਂ ਮੈਂ ਗੁੜਗਾਉਂ ਕਰ ਲਿਆ ਤਾਂ ਕਿ ਮੈਂ ਜ਼ਿਆਦਾ ਇੱਥੇ ਆ ਸਕਦੀ ਜਾ ਸਕਦੀ ਹਾਂ ਮੈਂ ਆਪ ਨਾ ਇੱਥੇ ਘੁੰਮਣ ਵਾਲੀ ਹਾਂ ਪਿੰਡਾਂ 'ਚ ਲੋਕਾਂ ਨੂੰ ਮਿਲਣ ਵਾਲੀ ਹਾਂ ਮੈਂ ਫਾਰਮਰਸ ਲਈ ਸਮਾਲ ਇੰਡਸਟਰੀਜ਼ ਲਾਉਣ ਦਾ ਸੈਮੀਨਾਰਸ ਕਰਾਂਗੀ ਉਹਨਾਂ ਨੂੰ ਬੈਂਕ ਸਪੋਰਟ ਉਹਨਾਂ ਨੂੰ ਲੈ ਕੇ CA ਚਾਰਟਰਡ ਅਕਾਊਂਟੈਂਟਸ ਲਾ ਕੇ ਮੈਂ ਕਿਸਾਨਾਂ ਨੂੰ ਨਾ ਫੂਡ ਪ੍ਰੋਸੈਸਿੰਗ ਦੇ ਡਾਇਰੈਕਟਲੀ ਟਾਈਡ ਵਿਦ ਟਾਟਾ ਡਾਇਰੈਕਟਲੀ ਟਾਈਡ ਵਿਦ ਐਸ ਪਾਰਟਨਰਸ ਵਿਦ ਰਾਮਦੇਵ ਟਾਟਾ ਉਹ ਸਭ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਮੈਂ ਕੋਈ ਮਤਲਬ ਮੈਨੂੰ ਕੋਈ ਮੈਂ ਨਹੀਂ ਕਹਿ ਸਕਦੀ ਕਿ ਸਾਰਿਆਂ ਨੇ ਮੈਨੂੰ ਸੁਣਨਾ ਹੈ ਬਟ ਮੈਂ ਕੋਸ਼ਿਸ਼ ਕਰਾਂਗੀ ਔਰ ਜੋ ਵੀ ਹੈ ਜੋ ਵੀ ਤੁਹਾਡੀ ਮੰਗਾਂ ਨੇ ਉਹ ਮੈਂ ਆਪ ਮੋਦੀ ਸਾਹਿਬ ਕੋਲ ਲੈ ਕੇ ਜਾਊਂਗੀ ਤੁਹਾਨੂੰ ਲੈ ਕੇ ਜਾਊਂਗੀ ਸਾਰੇ ਮੈਨੂੰ ਲੱਗਦਾ ਵੀ ਕਿਸਾਨਾਂ ਦਾ ਵਿਰੋਧ ਜਾਇਜ਼ ਹੈ ਮੈਨੂੰ ਲੱਗਦਾ ਕਿ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਲੱਗ ਰਿਹਾ ਸਿਆਸਤ ਹੈ ਔਰ ਸਿਆਸਤ ਮੈਂ ਕਿ ਕਿਸਾਨਾਂ ਨੂੰ ਯੂਜ਼ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿਸਾਨਾਂ ਨੂੰ ਯੂਜ਼ ਕੀਤਾ ਜਾ ਰਿਹਾ ਬਿਕੋਜ਼ ਮੇਰੇ ਮੈਂ ਜਾਣਦੀ ਹਾਂ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਮੈਂ ਬਹੁਤ ਅੱਛੀ ਤਰ੍ਹਾਂ ਜਾਣਦੀ ਹਾਂ ਅਰੇ ਪੰਜਾਬ ਤੋਂ ਚੰਗੇ ਲੋਕ ਹੀ ਨਹੀਂ ਹੈ ਇਸ ਦੁਨੀਆ 'ਚ ਠੀਕ ਹੈ ਨਾ ਵਿਰੋਧੀ ਪਾਰਟੀ ਬਾਰੇ ਕੀ ਕਹਿਣਾ ਚਾਹੁੰਗੇ ਤੁਹਾਨੂੰ ਕੀ ਲੱਗਦਾ ਮੈਂ ਦੇਖੋ ਮੈਂ ਕਿਸੇ ਦੀ ਉਹ ਨਹੀਂ ਕਹੂੰਗੀ ਮੈਂ ਇਹ ਤੁਹਾਨੂੰ ਕਹੂੰਗੀ ਕਿ ਮੋਦੀ ਸਾਹਿਬ ਵਿੱਚ ਬੀਜੇਪੀ ਵਿੱਚ ਬਹੁਤ ਦਮ ਹੈ ਸਾਬਿਤ ਕਰ ਦਿੱਤਾ ਹੈ ਇੰਡੀਆ ਵਿੱਚ ਤੁਸੀਂ ਦੇਖੋਗੇ ਨਾ ਜਰਾ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਬੰਬੇ ਤੋਂ ਆ ਰਹੀ ਹਾਂ ਹੋਰ ਥਾਵਾਂ 'ਤੇ ਮੈਂ ਸਾਰੇ ਕਿ ਸਾਰੇ ਨਰਿੰਦਰ ਮੋਦੀ ਸਾਹਿਬ ਨੂੰ ਮਤਲਬ ਕਰ ਰਹੇ